ਧੰਨ ਵਾਹਿਗੁਰੂ ਸਾਹਿਬ ਜੀ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀਤੇ ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਤ ਇੱਕ ਹੈ ਭਾਈ ਇੱਕ ਹੈ ਸਾਹਿਬ ਮੇਰਾ ਇੱਕ ਹੈ ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੂਜੀ ਛੋਲ ਕਵਾਟੜੀ ਇੱਕ ਸਸਿਓ ਚਿਤ ਲਾਏ ਦੂਜੈ ਭਾਵੀ ਨਾਨਕਾ ਵਹਿਣਾ ਲੁੜੰਦੜੀ ਜਾ ਦੂਜੀ ਛੋਲ ਕਵਾਟੜੀ ਇੱਕ ਸਿਓ ਚਿਤ ਲਾਏ ਦੂਜੈ ਭਾਵੀ ਨਾਨਕਾ ਵਹਿਣਾ ਲੁੜੰਦੜੀ ਜਾਏ ਪਰਮ ਸਨਮਾਨ ਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਿੱਖੀ ਲਹਿਰ ਦੀ ਚੱਲ ਰਹੀ ਲੜੀ ਦੇ ਦਰਮਿਆਨ ਆਪ ਜੀ ਦੇ ਨਗਰ ਵਿੱਚ ਅੱਜ ਸ਼ਾਮ ਦਾ ਦੀਵਾਨ ਸਜਾਇਆ ਗਿਆ ਹੈ ਜਿਸ ਵਿੱਚ ਆਪ ਜੀ ਨੇ ਸ਼ਾਮਾਂ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰ ਦੀ ਪਾਵਨ ਬਾਣੀ ਦਾ ਪਾਠ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਅਤੇ ਉਸ ਤੋਂ ਉਪਰੰਤ ਆਪ ਜੀ ਨੇ ਭਾਈ ਹਰਿੰਦਰ ਸਿੰਘ ਸਵਰਾ ਸਤਿਕਾਰਯੋਗ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਪਰਮਾ ਤਿੰਨਾਂ ਪਾਸੋਂ ਗੁਰਮਤਿ ਗੁਰਬਾਣੀ ਦੀਆਂ ਵਿਚਾਰਾਂ ਸਰਵ ਕੀਤੀਆਂ ਹਨ। ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਸ਼ਹੀਦੀ ਦਿਵਸ ਨੂੰ ਮਨਾਉਂਦਿਆਂ ਹੋਇਆਂ ਸਤਿਗੁਰ ਜੀ ਦੀ ਗੋਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਜਿੱਥੋਂ ਤੱਕ ਵੀ ਆਵਾਜ਼ ਆ ਰਹੀ ਹੈ ਸੰਗਤਾਂ ਨੂੰ ਨਿਮਰਤਾ ਸਹਿਤ ਸੰਮਰ ਬੇਨਤੀ ਹੈ ਕਿ ਆਪਣੇ ਕੰਮ ਕਾਰ ਸੰਕੋਚਦਿਆਂ ਹੋਇਆਂ ਸਤਿਗੁਰ ਜੀ ਦੀ ਗੋਦ ਵਿੱਚ ਆਣ ਕੇ ਜੁੜਨ ਦਾ ਯਤਨ ਕਰੀਏ ਕਿਉਂਕਿ ਐਸੇ ਉਪਰਾਲੇ ਰੋਜ਼ ਪਿੰਡਾਂ ਵਿੱਚ ਨਹੀਂ ਹੋ ਸਕਦੇ ਕਿ ਅਸੀਂ ਗੁਰਮੁਖ ਸਮਾਗਮਾਂ ਵਿੱਚ ਜੁੜ ਕੇ ਬੈਠ ਸਕੀਏ। ਇਹ ਕਦੀ ਕਦੀ ਇੱਦਾਂ ਦੇ ਸਬੱਬ ਬਣਦੇ ਨੇ ਕਿ ਅਸੀਂ ਸਤਿਗੁਰ ਜੀ ਦੀ ਗੋਦ ਵਿੱਚ ਬੈਠ ਕੇ ਉਸ ਸਮਾਂ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਕਰ ਸਕੀਏ। ਆਓ ਜਿਨ੍ਹਾਂ ਮਹਾਨ ਸਤਿਗੁਰਾਂ ਜੀ ਦੇ ਸ਼ਹੀਦੀ ਦਿਵਸ ਨੂੰ ਮਨਾਉਂਦਿਆਂ ਹੋਇਆਂ ਸਤਿਗੁਰ ਜੀ ਦੀ ਗੋਦ ਵਿੱਚ ਜੁੜ ਕੇ ਬੈਠੇ ਹਾਂ ਉਹਨਾਂ ਦੇ ਉਚਾਰਨ ਕੀਤੇ ਹੋਏ ਉਪਦੇਸ਼ ਅੱਜ ਵੀ ਸਾਡੇ ਕੋਲ ਸਤਿਗੁਰ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਹਨ। ਭਾਵੇਂ ਅਸੀਂ ਕਿਸੇ ਸਿੱਖ ਦਾ ਸ਼ਹੀਦੀ ਦਿਵਸ ਮਨਾਈਏ ਚਾਹੇ ਗੁਰੂ ਪਾਤਸ਼ਾਹ ਦਾ ਮਕਸਦ ਇੱਕੋ ਹੀ ਹੈ ਕਿ ਸਤਿਗੁਰ ਦੀ ਪਾਵਨ ਬਾਣੀ ਦੇ ਉਪਦੇਸ਼ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਸਕੀਏ ਵਿਚਾਰ ਚਰਚਾ ਕਰ ਸਕੀਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਇੱਕ ਸਲੋਕ ਦਾ ਆਪਾਂ ਹੁਣੇ ਪਾਠ ਕੀਤਾ ਹੈ। ਇਹ ਪਾਵਨ ਸਲੋਕ ਸਲੋਕ ਵਾਰਾਂ ਅਤੇ ਵਧੀਕ ਬਾਣੀ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1426 ਉੱਪਰ ਸੁਭਾਈਮਾਨ ਹੈ।
ਗੁਰਦੇਵ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਅਦਰ ਸਤਿਕਾਰ ਦੇ ਨਾਲ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਇੱਕੀ ਵਾਰ ਕਹਿਣ 'ਤੇ ਬੁਲਾਂ ਦਾ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਗਿਆਤ ਵਾਸਤੇ ਦੱਸ ਦਈਏ ਕਿ ਸਾਰਾ ਸਮਾਗਮ ਕੇਵਲ ਸਰਾਏ ਮਾਨ ਖਾਨ ਆਪ ਜੀ ਦੇ ਨਗਰ ਵਿੱਚ ਹੀ ਇਹ ਨਹੀਂ ਚੱਲ ਰਿਹਾ, ਇਹ ਸਾਰਾ ਸਮਾਗਮ ਸਿੱਖੀ ਲੈ ਰੇਡੀਓ ਦੇ ਰਾਹੀਂ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਵੀਰ ਗੁਰਮਤ ਦਾ ਸ਼ੌਕ ਰੱਖਦੇ ਹਨ, ਜਿਨ੍ਹਾਂ ਦੇ ਨਾਲ ਮਨ ਵਿੱਚ ਗੁਰਮਤ ਪ੍ਰਤੀ ਪਿਆਰ ਹੈ, ਉਹ ਇੰਟਰਨੈੱਟ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਵਿੱਚ ਬੈਠੇ ਮੋਬਾਈਲ ਦੇ ਰਾਹੀਂ ਲੈਪਟੋਪ ਰਾਹੀਂ ਸਰਵਣ ਕਰ ਰਹੇ ਹਨ। ਅਤੇ ਜਿਹੜੇ ਵੀ ਨੌਜਵਾਨ ਸੰਗਤ ਵਿੱਚ ਬੈਠੇ ਹਨ ਇਹ ਨੋਟ ਕਰ ਸਕਦੇ ਹਨ, ਸਟਾਲ ਤੋਂ ਬਾਹਰ ਪਤਾ ਕਰ ਸਕਦੇ ਹਨ, ਜਿਹੜੇ ਵੀਰ ਬੈਠੇ ਹਨ ਉਹ ਆਪ ਜੀ ਨੂੰ ਦੱਸ ਸਕਦੇ ਹਨ ਕਿ ਜਿੰਨੇ ਵੀ ਸਮਾਗਮ ਚੱਲ ਰਹੇ ਨੇ ਇਹਨਾਂ ਦਿਨਾਂ ਵਿੱਚ ਇਹ ਸਾਰੇ ਸਮਾਗਮ 7 ਤੋਂ ਲੈ ਕੇ 11 ਵਜੇ ਤੱਕ ਲਾਈਵ ਚੱਲਦੇ ਨੇ। ਵੈਸੇ ਅੱਗੋਂ ਪਿੱਛੋਂ ਸਿੱਖੀ ਲੈ ਰੇਡੀਓ 'ਤੇ ਕਥਾ ਵਿਚਾਰ ਗੁਰਬਾਣੀ ਦੀਆਂ ਜਿਹੜੀਆਂ ਹਨ ਉਹ ਚੱਲਦੀਆਂ ਰਹਿੰਦੀਆਂ ਹਨ, ਅਸੀਂ ਇਹਦਾ ਲਾਭ ਘਰ ਵਿੱਚ ਬੈਠੇ ਪ੍ਰਾਪਤ ਕਰ ਸਕਦੇ ਹਾਂ। ਖੈਰ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਮਨਾ ਰਹੇ ਹਾਂ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਲੋਕ ਆਪਾਂ ਹੁਣੇ ਪੜ੍ਹਿਆ। ਆਓ ਸਾਰੀ ਸੰਗਤ ਸਲੋਕ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਇੱਕ ਵਾਰ ਰਲ ਕੇ ਆਪਾਂ ਇਹਨਾਂ ਦਾ ਪਾਠ ਕਰੀਏ ਤਾਂ ਕਿ ਸਾਡੀ ਜਿਹੜੀ ਖਿੰਡੀ ਹੋਈ ਸੁਰਤ ਹੈ ਜੋ ਸਾਡਾ ਮਨ ਇੱਧਰ ਉੱਧਰ ਦੌੜ ਰਿਹਾ, ਕਿਉਂਕਿ ਅਸੀਂ ਆਦੀ ਨਹੀਂ ਹਾਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਨ ਦੇ, ਸਾਨੂੰ ਅਜੇ ਆਦਤ ਨਹੀਂ ਹੈ ਕਿ ਅਸੀਂ ਸਤਿਗੁਰੂ ਜੀ ਦੇ ਕੋਲ ਬੈਠ ਕੇ ਵਿਚਾਰਾਂ ਸਰਵਣ ਕਰ ਸਕ ਅਜੇ ਅਸੀਂ ਇਹਨਾਂ ਗੱਲਾਂ ਦੇ ਆਦੀ ਹਾਂ ਵੀ ਕਿਸੇ ਘਰੋਂ ਅਖੰਡ ਪਾਠ ਦਾ ਸੱਦਾ ਆਵੇ। ਅਸੀਂ ਜਾਂਦੇ ਹਾਂ ਰਸਮੀ ਤੌਰ 'ਤੇ 10 ਮਿੰਟ 15 ਮਿੰਟ ਅੱਧਾ ਘੰਟਾ ਬੈਠ ਕੇ ਅਤੇ ਫਿਰ ਅਸੀਂ ਆਪਣੇ ਘਰ ਪਰਤ ਆਉਂਦੇ ਹਾਂ। ਇਹ ਮੇਧਾ ਤਿਆਰ ਕਰਨਾ ਪੈਣਾ ਸਤਿਗੁਰ ਦੀ ਬਾਣੀ ਦੀਆਂ ਵਿਚਾਰਾਂ ਨੂੰ ਸਰਵਣ ਕਰਨ ਵਾਸਤੇ ਤਿਆਰੀ ਚਾਹੀਦੀ ਹੈ, ਉਹਦੇ ਵਾਸਤੇ ਸਾਨੂੰ ਸਟੱਡੀ ਕਰਨੀ ਪਵੇਗੀ, ਪੜ੍ਹਨਾ ਪਵੇਗਾ, ਸ਼ੌਕ ਪੈਦਾ ਕਰਨਾ ਪਵੇਗਾ ਕਿ ਅਸੀਂ ਗੁਰਮਤ ਦੀਆਂ ਵਿਚਾਰਾਂ ਵਾਲੇ ਬੰਨੇ ਤੁਰ ਸਕੀਏ। ਆਓ ਸਾਰੀ ਸਾਧ ਸੰਗਤ ਰਲ ਕੇ ਇਹਨਾਂ ਤੁਕਾਂ ਦਾ ਪਾਠ ਕਰੀਏ, ਫਿਰ ਆਪਾਂ ਵਿਚਾਰ ਸਾਂਝੇ ਕਰਦੇ ਹਾਂ। ਏਕ ਸਿਉਂ ਚਿਤ ਲਾਏ ਮੇਰੇ ਮਨ, ਏਕ ਸਿਉਂ ਚਿਤ ਲਾਏ, ਏਕ ਸਿਉਂ ਚਿਤ ਲਾਏ ਮੇਰੇ ਮਨ, ਏਕ ਸਿਉਂ ਚਿਤ ਲਾਏ, ਤਾਂ ਦੀਵਾਨ ਭਰਿਆ ਹੋਇਆ ਨਾ ਉਨੀ ਆਵਾਜ਼ ਨਹੀਂ ਆ ਰਹੀ, ਅਸੀਂ ਬਿਲਕੁਲ ਹੌਲੀ ਹੌਲੀ ਬੋਲ ਰਹੇ ਹਾਂ, ਗੂੰਜਾਂ ਪਾ ਦੇਣੀਆਂ ਚਾਹੀਦੀਆਂ ਤੁਹਾਡੇ ਰਾਹੀਂ ਇਹ ਮੈਕ ਦੇ ਵਿੱਚ ਆਵਾਜ਼ ਆਵੇ ਅਤੇ ਨਗਰ ਵਿੱਚ ਬੈਠੀ ਸੰਗਤ ਇਹ ਮਹਿਸੂਸ ਕਰੇ ਵੀ ਅਸੀਂ ਕਿਉਂ ਨਹੀਂ ਗੁਰਦੁਆਰਾ ਸਾਹਿਬ ਗਏ, ਉਹਨਾਂ ਨੂੰ ਆਪਣੀ ਇਹ ਘਾਟ ਮਹਿਸੂਸ ਹੋਵੇ ਕਿ ਅਸੀਂ ਵੀ ਗੁਰਦੁਆਰਾ ਸਾਹਿਬ ਜਾਂਦੇ, ਬਾਣੀ ਪੜ੍ਹੋ ਰਲ ਕੇ, ਬਿਲਕੁਲ ਸੰਕੋਚ ਨਾ ਕਰੋ, ਬੜੀਆਂ ਸੌਖੀਆਂ ਤੁਕਾਂ ਨੇ, ਪਹਿਲਾਂ ਉਹਨੂੰ ਸੁਣ ਲਓ ਫਿਰ ਰਲ ਕੇ ਪੜ੍ਹੋ। ਸਾਰੀ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ, ਰਲ ਕੇ ਇਹਨਾਂ ਤੁਕਾਂ ਦਾ ਪਾਠ ਕਰੋ। ਏਕ ਸਿਉਂ ਚਿਤ ਲਾਏ ਮੇਰੇ ਮਨ, ਏਕ ਸਿਉਂ ਚਿਤ ਲਾਏ, ਏਕ ਸਿਉਂ ਚਿਤ ਲਾਏ ਮੇਰੇ ਮਨ, ਏਕ ਸਿਉਂ ਚਿਤ ਲਾਏ, ਵਾਹ ਵਾਹ। ਇਕਸ ਬਿਨ ਸਭ ਧੰਦ ਹੈ, ਇਕਸ ਬਿਨ ਸਭ ਧੰਦ ਹੈ,
ਸਭ ਮਿਥਿਆ ਮੋਹ ਮਾਏ, ਸਭ ਮਿਥਿਆ ਮੋਹ ਮਾਏ, ਸਿਉ ਚਿਤ ਲਾਏ ਮੇਰੇ ਮਨ ਇੱਕ ਸਿਉ ਚਿਤ ਲਾਏ, ਇੱਕ ਸਿਉ ਚਿਤ ਲਾਏ ਮੇਰੇ ਮਨ ਇੱਕ ਸਿਉ ਚਿਤ ਲਾਏ, ਛੋੜਕ ਵਾਟੜੀ ਦੂਜੀ ਛੋੜਕ ਵਾਟੜੀ, ਦੂਜੀ ਛੋੜਕ ਵਾਟੜੀ, ਦੂਜੀ ਛੋੜਕ ਵਾਟੜੀ, ਸਿਉ ਚਿਤ ਲਾਏ, ਇੱਕ ਸਿਉ ਚਿਤ ਲਾਏ, ਦੂਜੈ ਭਾਵੀ ਨਾਨਕਾ, ਦੂਜੈ ਭਾਵੀ ਨਾਨਕਾ, ਵੈਣਨ ਡੰਦੜੀ ਜਾਏ, ਵੈਣਨ ਡੰਦੜੀ ਜਾਏ, ਇੱਕ ਸਿਉ ਚਿਤ ਲਾਏ ਮੇਰੇ ਮਨ ਇੱਕ ਸਿਉ ਚਿਤ ਲਾਏ, ਇੱਕ ਸਿਉ ਚਿਤ ਲਾਏ ਮੇਰੇ ਮਨ ਇੱਕ ਸਿਉ ਚਿਤ ਲਾਏ, ਬਿਨ ਸਭ ਧੰਦ ਹੈ, ਇੱਕ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ, ਸਭ ਮਿਥਿਆ ਮੋਹ ਮਾਏ, ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੇ ਕੀਮਤੀ ਬਚਨ ਕਹੇ ਹਨ। ਗੁਰਦੇਵ ਜੀ ਕਹਿੰਦੇ ਹਨ, ਦੂਜੀ ਛੋੜ ਕੁਆਟੜੀ, ਹੇ ਭਾਈ ਦੂਜਾ ਰਸਤਾ ਛੱਡ ਦੇ, ਕੋਝਾ ਰਸਤਾ ਆਪਣੀ ਜ਼ਿੰਦਗੀ ਵਿੱਚੋਂ ਤਿਆਗ ਦੇ, ਇੱਕੋ ਰਸਤਾ ਅਪਣਾ ਆਪਣੀ ਜ਼ਿੰਦਗੀ ਵਿੱਚ, ਇੱਕ ਅਕਾਲ ਦਾ ਪੁਜਾਰੀ ਬਣ। ਭਾਵੇਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਲੋ ਕੇ ਪਿੰਡਾਂ ਵਿੱਚ ਗੁਰਦੁਆਰਿਆਂ ਦੇ ਵਿੱਚ ਇਹ ਦੋਹਰਾ ਆਮ ਪੜ੍ਹਦੇ ਹਾਂ, ਅਸੀਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਇਸ ਦੇ ਬਾਵਜੂਦ ਵੀ ਫਿਰ ਸਾਡੇ ਵਿੱਚ ਤਰ੍ਹਾਂ ਤਰ੍ਹਾਂ ਦੀ ਪੂਜਾ ਮੌਜੂਦ ਹੈ, ਵੱਖ ਵੱਖ ਦੇਵੀ ਦੇਵਤੇ, ਵੱਖ ਵੱਖ ਮੱਠੀਆਂ ਕਬਰਾਂ ਬੰਦਿਆਂ ਦੀ ਪੂਜਾ ਫਿਰ ਵੀ ਸਾਡੇ ਵਿੱਚ ਘਰ ਕਰਕੇ ਬੈਠੀ ਹੋਈ ਹੈ। ਜੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਵਸ ਅੱਜ ਮਨਾ ਰਹੇ ਹੋ,
ਤੇ ਕੀ ਸਾਧਸੰਗ ਸਾਡਾ ਫਰਜ਼ ਨਹੀਂ ਮੰਨਦਾ ਉਹਨਾਂ ਦੀ ਗੱਲ ਵੀ ਮੰਨੀ ਜਿਹਨਾਂ ਦੇ ਅਸੀਂ ਸ਼ਹੀਦੀ ਦਿਵਸ ਨੂੰ ਮਨਾਉਂਦੇ ਹੋਏ ਆਪਣੇ ਵੱਲੋਂ ਤਨ ਕਰਕੇ ਵੀ ਆ ਗਿਆਨ ਬਾਣੀ ਉਪਦੇਸ਼ ਲਿਖਿਆ ਮਹਾਰਾਜ ਨੇ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ, ਦੂਜੀ ਛੋਟ ਕੁਆਟੜੀ ਕੋਝਾ ਰਸਤਾ ਆਪਣੇ ਜੀਵਨ ਵਿੱਚੋਂ ਤਿਆਗ ਦੇਣਾ, ਦੂਜੀ ਛੋਟ ਕੁਆਟੜੀ ਇੱਕ ਸਿਉਂ ਚਿੱਤ ਲਾਏ, ਕਹਿ ਲੱਗੇ ਹੋਰ ਬੰਨੇ ਆਪਣਾ ਚਿੱਤ ਬਿਲਕੁਲ ਨਾ ਲਾ, ਪਾਸੇ ਬਿਲਕੁਲ ਨਾ ਭਟਕ, ਦੂਜੇ ਭਾਵੇਂ ਨਾਨਕਾ ਵਹਿਣ ਨੜੰਦੜੀ ਜਾਏ, ਕਹਿ ਲੱਗੇ ਦੂਜੇ ਵਹਿਣ ਵਿੱਚ ਵਹਿੰਦਿਆਂ ਜ਼ਿੰਦਗੀ ਬਰਬਾਦ ਕਰ ਪਵੇਗਾ, ਆਓ ਇੱਕ ਦੇ ਲੜ ਲੱਗੀਏ, ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇਹ ਉਪਦੇਸ਼ ਆਪਣੇ ਜੀਵਨ ਵਿੱਚ ਲਾਗੂ ਕਰ ਲਈਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਹੀਦੀ ਦਿਵਸ ਨੂੰ ਮਨਾਉਂਦਿਆਂ ਹੋਇਆਂ ਸਤਿਗੁਰੂ ਜੀ ਦੀ ਗੋਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ, ਹਰ ਸਾਲ ਸੁਣਦੇ ਹਾਂ ਉਹਨਾਂ ਨੇ ਤੱਤੀ ਤਵੀ 'ਤੇ ਬੈਠ ਕੇ ਦੇਗ ਵਿੱਚ ਉਬਾਲੇ ਖਾ ਕੇ ਸੀਸ 'ਤੇ ਤੱਤਾ ਰੇਤ ਪਵਾ ਕੇ ਵੀ ਉਹ ਮਾਲਕ ਦੇ ਚਰਨਾਂ ਨਾਲ ਪਿਆਰ ਬਰਕਰਾਰ ਰੱਖਿਆ, ਪਰ ਸਾਡਾ ਫਰਜ਼ ਮੰਨਦਾ ਜੋ ਉਹਨਾਂ ਉਪਦੇਸ਼ ਉਚਾਰਨ ਕੀਤਾ ਉਸਦੇ ਉੱਪਰ ਪਹਿਰਾ ਦੇਈਏ। ਹੁਣ ਅਖੀਰ ਵਿੱਚ ਜਿਨ੍ਹਾਂ ਦੇ ਮਨ ਵਿੱਚ ਕੋਈ ਸਵਾਲ ਹੈ, ਕੋਈ ਸਾਖੀ ਪ੍ਰਤੀ, ਕੋਈ ਬਾਣਵੀ ਤੁਕ ਪ੍ਰਤੀ, ਬਿਲਕੁਲ ਨਾਲ ਲੈ ਕੇ ਨਾ ਜਾਇਓ। ਵੀਰ ਗੁਰਜੰਟ ਸਿੰਘ ਜੀ ਆਪ ਜੀ ਦੇ ਕੋਲੋਂ ਸਵਾਲ ਲੈ ਲੈਣਗੇ ਅਤੇ ਉਹਨਾਂ ਦੇ ਜਵਾਬ ਵੀਰ ਸੁਖਵਿੰਦਰ ਸਿੰਘ ਦਰੇਰ ਅਤੇ ਵੀਰ ਹਰਜਿੰਦਰ ਸਿੰਘ ਜੀ ਸਭਰਾ ਉਹ ਸਵਾਲਾਂ ਦੇ ਜਵਾਬ ਆਪ ਜੀ ਦੇ ਨਾਲ ਸਾਂਝੇ ਕਰਨਗੇ। ਜਿੰਨਾ ਕੁ ਸਮਾਂ ਹੈ, ਜੇ ਸਵਾਲ ਜ਼ਿਆਦਾ ਹੋ ਗਏ ਆਉਣ ਵਾਲੇ ਦੀਵਾਨਾਂ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ, ਕਿਉਂਕਿ ਇਹ ਸਾਰੀ ਰਿਕਾਰਡਿੰਗ ਹੋ ਰਹੀ ਹੈ, ਤੁਸੀਂ ਬਾਅਦ ਵਿੱਚ ਵੀ ਇੰਟਰਨੈਟ 'ਤੇ ਸਰਵਣ ਕਰ ਸਕਦੇ ਹੋ। ਬਿਲਕੁਲ ਵੀ ਝਿਜਕਣਾ ਨਹੀਂ, ਕਿਸੇ ਦੇ ਮਨ ਵਿੱਚ ਕੋਈ ਵੀ ਸਵਾਲ ਹੋਵੇ ਬੇਖੌਫ ਹੋ ਕੇ ਬਿਨਾਂ ਝਿਜਕ ਤੋਂ ਤੁਸੀਂ ਸਾਂਝਾ ਕਰਨਾ ਹੈ, ਕਿਉਂਕਿ ਅਸੀਂ ਕੋਈ ਬਾਬੇ ਨਹੀਂ। ਜਿਵੇਂ ਆਮ ਬਾਬਿਆਂ ਪ੍ਰਤੀ ਡਰ ਹੁੰਦਾ ਹੈ, ਬਾਬਾ ਜੀ ਦੇ ਕੋਲ ਨਹੀਂ ਜਾਣਾ, ਉਹ ਇੱਕ ਤੀਰ ਵਾਲਾ ਨਾਲ ਤੁਰਿਆ ਫਿਰਦਾ, ਇਹ ਗੜਵੇ ਵਾਲਾ ਤੁਰਿਆ ਫਿਰਦਾ, ਇਹ ਦੋ ਚਾਰ ਇੱਧਰ ਤੁਰੇ ਫਿਰਦੇ, ਅਸੀਂ ਬਿਲਕੁਲ ਤੁਹਾਡੇ ਬੱਚੇ ਭਰਾਵਾਂ ਦੀ ਤਰ੍ਹਾਂ ਨੇ। ਬਿਲਕੁਲ ਜਿੰਨੀ ਕਿਸਮਤ ਸਾਨੂੰ ਮਾਲਕ ਨੇ ਬਖਸ਼ਿਸ਼ ਕੀਤੀ ਆ, ਆਪਾਂ ਬੈਠ ਕੇ ਵਿਚਾਰ ਚਰਚਾ ਕਰਨੀ ਹੈ, ਕੁਛ ਸਿੱਖ ਸਕੀਏ, ਹੋਏ ਇਕੱਤਰ। ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕਿਹੋ ਵੋ ਜੋੜੀ ਗੁਰਮੁਖ ਬੈਸੋ, ਸਫਾ ਵਿਛਾਏ ਦੇ ਮਾਂ ਬਾਪ ਅਨੁਸਾਰ ਵਿਚਾਰ ਚਰਚਾ ਕਰਨੀ ਹੈ। ਕਿਸੇ ਦੇ ਮਨ ਵਿੱਚ ਵੀ ਕੋਈ ਵੀ ਸਵਾਲ ਹੋਵੇ ਜ਼ਰੂਰ ਸਾਂਝਾ ਕਰੋ, ਇਹਨੇ ਬਚਨ ਪ੍ਰਵਾਨ ਕਰਨੇ ਜੀ। ਅਦਭੁਤ ਸਤਿਕਾਰ ਨਾਲ ਸਾਰੀ ਸੰਗਤ ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।